10 ਮਈ 1952 ਰੋਸ਼ਨੀਆਂ ਦੇਖਣੀਆਂ ਸ਼ਬਦ ਸੁਣਨੇ ਅਤੇ ਹੋਰ ਵਿਜ਼ਨ ਦੇਖਣੇ ਇਹ ਪਰਮਾਰਥ ਨਹੀਂ, ਇਹ ਸਿਰਫ ਅਭਿਆਸੀ ਨੂੰ ਕੀਤਾ ਮੂਰਛਿਤ ਕਰਕੇ ਆਪਣੇ ਪਿੱਛੇ ਲਾਇਆ ਜਾਂਦਾ ਹੈ ਉਹ ਜਿਸ ਤਰ੍ਹਾਂ ਦਾ ਖਿਆਲ ਦਿੱਤਾ ਗਿਆ ਹੈ ਵੇਖਦਾ ਹੈ ਅਤੇ ਸੁਣਦਾ ਹੈ। ਜਦ ਅਸੀਂ ਨਾਮ ਦਾ ਸਿਮਰਨ ਕਰਦੇ ਹਾਂ ਤਾਂ ਵਾਹਿਗੁਰੂ ਸੁਣਦਾ ਹੈ। ਇਨਫੈਕਟ ਅਸਲ ਵਿੱਚ ਸਾਡੇ ਮਨ ਵਿੱਚ ਬੈਠ ਕੇ ਉਹ ਨਾਮ ਆਪ ਸਿਮਰਾਉਂਦਾ ਹੈ। ਸਤਿਗੁਰੂ ਨਾਨਕ ਜੀ ਜਦ ਤੇਰਾ ਤੇਰਾ ਕਹਿੰਦੇ ਸਨ ਤਾਂ ਵਾਹਿਗੁਰੂ ਅੱਗੋਂ ਉੱਤਰ ਦਿੰਦਾ ਸੀ, ਤੂੰ ਮੇਰਾ ਤੂੰ ਮੇਰਾ। ਸਿਮਰਨ ਦੇ ਮਾਰਗ ਵਿੱਚ ਤਰੱਕੀ ਦੀ ਨਿਸ਼ਾਨੀ ਇਹ ਹੈ ਕਿ ਹਿਰਦੇ ਵਿੱਚ ਇੱਕ ਪੁਆਇੰਟ ਨੁਕਤਾ ਅਤੇ ਠੰਡ ਮਾਲੂਮ ਹੋਵੇ। ਇੱਕ ਵੇਰ ਵਾਹਿਗੁਰੂ ਕਹਿ ਕੇ ਫਿਰ ਦੂਸਰੀ ਵਾਰ ਵਾਹਿਗੁਰੂ ਕਹਿਣ ਨੂੰ ਜੀ ਕਰੇ ਅਤੇ ਕਾਮ ਕ੍ਰੋਧ ਲੋਭ ਮੋਹ ਆਦਿ ਜੋ ਦੁਖਦਾਈ ਵਿਕਾਰ ਹਨ ਦਿਨ ਬ ਦਿਨ ਘਟਦੇ ਜਾਣ। ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨ ਹੈ ਨਿਰੰਜਨ ਜਾਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।